जेड़ा बंदा दिल्ली मोर्चे दे विच शामिल होया है, किसानां दी मदद कीती है, अपनी वो सानू फोटो दिखावे, उन्हां दा असी पुराना गद्दा 2500 रुपया च कट्टांगे। पंजाब दे विच पहले सब तो वड्डे गद्दियां दे विच किंग बन गए आ, वड्डे व्यापारी बन गए आ, जो एडियां वड्डियां डील सानू दे रहे आ। सिर्फ 31,000 मैं बार बार कह रहा, जेड़े मेरे भरा घर बैठे है गल्लां करदे रहिंदे आ, परमात्मा परमात्मा ने नीचे नहीं आना, मेहनत करो, सिर्फ 31,000 रुपया लैओ, असी तुहानूं कम भी शुरू करावांगे, तुहाडी उस शहर च ऐड भी पवावांगे ते तुहाडा पूरा साथ देवांगे। लास्ट टाइम एक वीडियो पाई सी जिस नूं करीब 12 लाख तो उपर लोगों ने देखा, तो बहुत बड़ा रिस्पोंस आया, तो लोगों का फायदा भी होया। असी एक दिन के 500-700 जोड़ा वेच के गए हाँ। जो गल असी कहती, कंबा लैओ, दरी लैओ, तलाई लैओ, रजाई लैओ, 2000 रुपया विच कट्टांगे। जेड़ा बंदा दिल्ली किसानां नूं समर्थन देगा उन्हां दा असी 2500 रुपया च कट्टांगे जी। हुण तुहानूं तलाइयां ते दरियां ते चादरां ते चटाइयां बिछा के सौण दी नहीं लोड़ हैगी, ठंड दे दिन हैगे आ, इत्थे आओ, बड़े सस्ते रेटां ते गद्दे लै जाओ। जदों मेरे कोई कस्टमर शिकायत ला के आंदा ना कि वहम भी पै जाए, मेरा एको ही है, आपां गद्दा बदल के अगले नूं नवां दिंदे आ। ਤੁਹਾਡੇ ਘਰ ਦੇ ਵਿੱਚ ਲੀਰਾਂ ਵਾਲਾ ਗੱਦਾ ਹੋਵੇ, ਰੂਮ ਵਾਲਾ ਹੋਵੇ, ਨਾਰੀ ਵਾਲਾ ਹੋਵੇ, ਕੋਈ ਪਰਵਾਹ ਨਹੀਂ, ਨਵਾਂ ਆ, ਪੁਰਾਣਾ ਆ, ਜਿੱਦਾਂ ਦਾ ਮਰਜ਼ੀ ਆ, ਉਹ ਵੀ ਤੁਹਾਡਾ 2500 ਚ ਹੀ ਕੱਟਿਆ ਜਾਣਾ ਆ। ਇਹਦੇ ਨਾਲ ਦੇ ਜਿਹੜੇ ਗੱਦੇ ਆ ਅਸੀਂ, ਇਹ 3000 ਦਾ ਗੱਦਾ, ਅੱਜ ਮਾਰਕੀਟ 'ਚ ਇਹ ਗੱਦਾ 1000 ਰੁਪਇਆ ਮਹਿੰਗਾ ਹੋ ਗਿਆ, 4000 ਨੂੰ ਵਿਕ ਰਿਹਾ, ਪਰ ਸਾਡੀ ਦੁਕਾਨ 'ਤੇ ਅੱਜ ਵੀ ਇਹਦਾ 3000 ਰੁਪਇਆ ਰੇਟ ਆ ਵੀਰ ਜੀ। ਦੇਸੀ ਦੀ ਕੋਈ ਸਾਡੀ ਸਕੀਮ ਨਹੀਂ ਹੈ, ਬ੍ਰੈਂਡਡ ਚੀਜ਼ ਬ੍ਰੈਂਡਡ ਲੈ ਆਓ, ਆਪਣਾ ਪਰਚੀ 'ਚ ਰੇਟ ਲਿਖਵਾ ਕੇ ਲੈ ਆਓ ਕਿ ਸਾਨੂੰ ਤਾਂ ਇਹ ਰੇਟ ਮਿਲਦਾ, ਅਸੀਂ 20% ਉਸ ਰੇਟ ਤੋਂ ਤੁਹਾਨੂੰ ਘੱਟ ਚੀਜ਼ ਦੇਵਾਂਗੇ। ਇਹੋ ਜਿਹੀਆਂ ਸਕੀਮਾਂ ਮੈਨੂੰ ਨਹੀਂ ਲੱਗਦਾ ਕਿਤੇ ਮਿਲਣੀਆਂ, ਦੂਰਬੀਨ ਲਾ ਕੇ ਭਾਵੇਂ ਗੂਗਲ 'ਤੇ ਸਰਚ ਕਰ ਲਿਓ ਤਾਂ ਵੀ ਨਹੀਂ ਮਿਲਣੀਆਂ। ਮੈਂ ਪਿਛਲੀ ਵੀਡੀਓ 'ਤੇ ਵੀ ਇਹ ਗੱਲ ਦੱਸੀ ਸੀ, ਇੱਕ ਮੋਬਾਈਲ ਲੈਂਦੇ ਹਾਂ 10,000 ਦਾ 32 GB, ਉਹੀ ਮੋਬਾਈਲ 512 GB ਦਾ 1,00,000 ਰੁਪਈਆ ਦਾ ਹੁੰਦਾ, ਇਹਦੇ ਵਿੱਚ ਵੀ ਉਹੀ ਫਰਕ ਹੈ। ਜੇ ਤੁਸੀਂ ਸਾਡੇ ਕੋਲ ਗੱਦਾ ਲਓ ਕਿਸ਼ਤਾਂ 'ਚ ਆ ਕੇ, ਕੋਈ ਫਾਈਲ ਚਾਰਜ ਨਹੀਂ, ਕੋਈ ਵਿਆਜ ਨਹੀਂ, ਜਿੰਨੇ ਦਾ ਗੱਦਾ ਹੋਏਗਾ ਉਨੇ ਦੀਆਂ ਕਿਸ਼ਤਾਂ ਬਣਾ ਕੇ ਅਸੀਂ ਦਵਾਂ ਕਰਾਂ। ਸੋ ਬਾਕੀ ਕਹਿਣ ਤੋਂ ਭਾਵ ਇਹ ਆ, ਤੁਸੀਂ ਆ ਕੇ ਲੈ ਜਾਓ, ਨਵੇਂ ਗੱਦੇ ਤੁਹਾਡੇ ਬੈੱਡ 'ਤੇ ਵਿਛਾ ਕੇ ਆਊਗੇ ਤਾਂ ਪੁਰਾਣੇ ਨਹੀਂ ਆਪ ਹੀ ਚੱਕ ਲਿਆਉਣੇ ਆ। ਇਹ ਵੀ ਟੈਂਟਾਂ ਮੁੱਕਾ ਟੈਂਸ਼ਨ ਹੈ, ਕਿਸੇ ਗੱਲ ਦੀ ਨਹੀਂ, ਮਨ ਵਿੱਚ ਇਹ ਨਾ ਹੋਵੇ ਵੀ ਕਿੱਦਾਂ ਲੈ ਕੇ ਜਾਈਏ। ਸਾਨ ਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਦੀਪ ਸਿੰਘ ਤੱਗੜ। ਅੱਜ ਅਸੀਂ ਜਾਵਾਂਗੇ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ, ਜਿੱਥੇ ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਗਏ ਸੀ TG ਫਰਨੀਚਰ ਦੇ, ਉਹਨਾਂ ਦੇ ਓਨਰ ਸੂਰਜ ਕੁਮਾਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਹਨਾਂ ਨੇ ਵੱਡਾ ਐਲਾਨ ਕੀਤਾ ਸੀ ਕਿ ਕੋਈ ਵੀ ਪੁਰਾਣੇ ਗੱਦੇ ਲੈ ਕੇ ਆਓ, ਭਾਵੇਂ ਲੀਰਾਂ ਵਾਲੇ ਗੱਦੇ ਲਿਆਓ, ਭਾਵੇਂ ਰੂਮ ਵਾਲੇ ਗੱਦੇ ਲਿਆਓ, ਤੁਹਾਡਾ 2000 ਵਿੱਚ ਪੁਰਾਣਾ ਗੱਦਾ ਕੱਟ ਕੇ ਤੁਹਾਨੂੰ ਨਵੇਂ ਗੱਦੇ ਦਿੱਤੇ ਜਾਣਗੇ। ਉਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਟਰਾਲੀਆਂ ਭਰ ਭਰ ਕੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਪੁਰਾਣੇ ਗੱਦੇ ਲੈ ਕੇ ਨਵੇਂ ਗੱਦੇ ਲਿਆਂਦੇ। ਬਹੁਤ ਸਾਰਾ ਫਾਇਦਾ ਲੋਕਾਂ ਨੇ ਉਠਾਇਆ। ਅਜੇ ਵੀ ਬਹੁਤ ਸਾਰੇ ਲੋਕ ਰਹਿੰਦੇ ਆ ਜਿਨ੍ਹਾਂ ਦੀ ਜਾਗਰੂਕਤਾ ਲਈ ਅਤੇ ਜਿਨ੍ਹਾਂ ਦੀ ਫੈਸਿਲਿਟੀ ਦੇ ਲਈ ਇੱਕ ਵੀਡੀਓ ਅਸੀਂ ਹੋਰ ਬਣਾਉਣ ਜਾ ਰਹੇ ਹਾਂ ਅਤੇ ਉਹਨਾਂ ਨੂੰ ਵੀ ਦਿਖਾਵਾਂਗੇ ਉੱਥੇ ਕਿਹੜੀ ਕਿਹੜੀ ਵਰਾਇਟੀ ਆ, ਅਤੇ ਇਹ ਵੀ ਜਾ ਕੇ ਦੇਖਾਂਗੇ ਕਿ TG ਫਰਨੀਚਰ ਇਸ ਵਾਰ ਕਿਹੜੀ ਫੈਸਿਲਿਟੀ ਦੇ ਰਿਹਾ, ਕਿਹੜੀਆਂ ਆਫਰਸ ਦੇ ਰਿਹਾ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਵੇ। ਆ ਹੁਣ ਜਾਵਾਂਗੇ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਅਤੇ ਦਿਖਾਵਾਂਗੇ ਤੁਹਾਨੂੰ ਉੱਥੇ ਦੀ ਵਰਾਇਟੀ। ਆਓ ਚੱਲੀਏ। ਸੋ ਫਾਈਨਲੀ ਇੱਕ ਵਾਰੀ ਫਿਰ ਅਸੀਂ ਪਹੁੰਚ ਚੁੱਕੇ ਹਾਂ ਪਟਿਆਲਾ ਦੇ ਅਨਾਰਦਾਨਾ ਚੌਂਕ 'ਚ ਸਥਿਤ TG ਫਰਨੀਚਰ 'ਤੇ, ਜਿੱਥੇ ਕਿ ਅਸੀਂ ਲਾਸਟ ਟਾਈਮ ਇੱਕ ਵੀਡੀਓ ਪਾਈ ਸੀ ਜਿਸ ਨੂੰ ਕਰੀਬ 12 ਲੱਖ ਤੋਂ ਉੱਪਰ ਲੋਕਾਂ ਨੇ ਦੇਖਿਆ ਅਤੇ ਬਹੁਤ ਵੱਡਾ ਰਿਸਪੋਂਸ ਆਇਆ ਅਤੇ ਲੋਕਾਂ ਦਾ ਫਾਇਦਾ ਵੀ ਹੋਇਆ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਤੋਂ ਲੋਕਾਂ ਨੇ ਇੱਥੇ ਆ ਗਏ, ਸ਼ੋਪਿੰਗ ਕੀਤੀ, ਇਹਨਾਂ ਨੇ ਵੱਡੀਆਂ ਡੀਲ ਦਿੱਤੀਆਂ ਸਨ ਕਿ ਤੁਸੀਂ ਕੋਈ ਵੀ ਪੁਰਾਣਾ ਗੱਦਾ ਲੈ ਕੇ ਆਓ ਅਤੇ ਨਵਾਂ ਲੈ ਜਾਓ। ਰੇਟ ਵੀ ਇਹਨਾਂ ਨੇ ਉਹ ਦੇ ਦਿੱਤੇ ਸੀ, ਭਾਵੇਂ ਤੁਸੀਂ ਬਰੀਕੀ ਨਾਲ ਕਿਸੇ ਵੀ ਸ਼ਹਿਰ ਵਿੱਚ ਜਾ ਕੇ ਰੇਟਾਂ ਦਾ ਪਤਾ ਕਰ ਲਓ, ਤੁਹਾਨੂੰ ਇਹੋ ਜਿਹੇ ਰੇਟ ਨਹੀਂ ਮਿਲਣੇ ਸੀ ਅਤੇ ਨਾ ਹੀ ਮਿਲੇ। ਵੱਡੇ ਦਾਅਵੇ ਸਨ ਇੱਥੋਂ ਦੇ ਓਨਰ ਜਿਹੜੇ ਸੂਰਜ ਕੁਮਾਰ ਜੀ ਆ, ਉਹਨਾਂ ਨੇ ਬੜੇ ਠੋਕ ਠੋਕ ਕੇ ਗੱਲਾਂ ਕੀਤੀਆਂ ਸਨ
तो लोगों ने उन्होंने विश्वास किया तो आके इतों बहुत वड्डा फायदा भी लिया है। आप हुण फिर दुबारी आ गए हैं तो इतने आके देखा भी हुण कोई वरायटी आई हैगी नवीं कंपनियों के कोई फेर बदल तो नहीं होया क्योंकि पता चल रहा कि रेट बढ़ गए हैगे आ हुण चाहे कपड़े की गल कर लो चाहे गद्दियां दी लाइन की गल कर लो प्लास्टिक की गल कर लो हर एक लाइन च रेट बढ़े आ इन्हां ने रेट बधाए आ जां नहीं बधाए हुण लोग इत्थों किस तरह फायदा ले सकदे ये जानने लई आए हैं तो आप देखांगे नवीं वरायटी भी कोई आई हैगी की प्राइस आप अंदर जाके देखते हैं आओ चलीए। सो हुण असीं पहुंचे हां टी जी फर्नीचर ते जो असीं अंदर वड़दे हां मैं कहांगा कि पहलां दिखा दईए इत्थे वड्डियां धांकां लगियां होईयां आ वख-वख कंपनियां दे इत्थे गद्दे भी पए होए आ पर इह हुण जाणांगे जिहड़े इत्थों दे ओनर सूरज कुमार जी हैगे आ भी इह बिकने बंद हो गए आ कि जां फिर हुणे डिलीवरी आई हैगी आ इह भी आपां गलबात क्लीयर करांगे। भाजी हुणी भी इत्थे बैठे हैगे उहनां नाल गलबात करदे आ कम्मां दे विच लगे आ लगदा बिल कट रहे आ भाई सति श्री अकाल जी। सति श्री अकाल जी किदां भाई ठीक ठाक हो? बहुत वधिया भाजी बहुत वधिया। ਕਿੱਦਾਂ ਭਾਅ ਜੀ ਕੰਮ ਕਾਰ ਕਿੱਦਾਂ ਚੱਲ ਰਿਹਾ ਕਿਉਂਕਿ ਕਾਫੀ ਰਿਸਪੌਂਸ ਆਇਆ ਜਦੋਂ ਤੁਸੀਂ ਪਿਛਲੀ ਵਾਰੀ ਐਲਾਨ ਕੀਤਾ ਤੁਹਾਨੂੰ 12 ਲੱਖ ਤੋਂ ਉੱਪਰ ਲੋਕਾਂ ਨੇ ਦੇਖਿਆ ਤੇ ਕਿੱਦਾਂ ਰਿਸਪੌਂਸ ਸੀ ਲੋਕਾਂ ਨੂੰ ਕਿੰਨਾ ਕੁ ਫਾਇਦਾ ਦਿੱਤਾ ਤੁਸੀਂ? ਭਾਅ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਅਤੇ ਲੋਹੜੀ ਦੀਆਂ ਮੁਬਾਰਕਬਾਦ ਦਿੰਦਾ ਹਾਂ। ਰਿਸਪੌਂਸ ਬਹੁਤ ਵਧੀਆ ਰਿਹਾ ਸਾਡਾ ਦੀਵਾਲੀ ਦੇ ਦੀਵਾਲੀ ਵਾਲਾ ਮਹੀਨਾ ਬਹੁਤ ਵਧੀਆ ਮਤਲਬ ਕੰਮ ਰਿਹਾ ਸਾਡੇ ਤੋਂ ਕਈ ਮੇਰੇ ਭਰਾ ਜਿਹੜੇ ਬਿਲਕੁਲ ਵਿਹਲੇ ਸੀ 50-50 ਹਜ਼ਾਰ ਲੈ ਕੇ ਉਹਨਾਂ ਨੇ ਵਿਚਾਰਿਆਂ ਨੇ ਕੰਮ ਸ਼ੁਰੂ ਕੀਤਾ ਸੀ। ਅੱਜ ਉਹ ਬੰਦੇ ਜਿਹੜੇ ਬੰਦੇ ਮੇਤੋਂ ਪਹਿਲੀ ਵਾਰ ਸਿਰਫ 50 ਹਜ਼ਾਰ ਦਾ ਮਾਲ ਲੈ ਕੇ ਗਏ ਸੀ ਅੱਜ ਮੈਨੂੰ 5-5 ਲੱਖ ਰੁਪਏ ਦਾ ਔਰਡਰ ਦੇ ਕੇ ਮੇਤੋਂ ਮਾਲ ਲੈ ਰਹੇ ਹਨ। ਕੰਮ ਬਹੁਤ ਹੀ ਵਧੀਆ ਗਿਆ। ਹੁਣ ਕੁਛ ਕੁ ਦਿਨਾਂ ਤੋਂ ਜਦ ਦੇ ਮੇਰੇ ਕਿਸਾਨ ਭਰਾ ਬੋਰਡਰ 'ਤੇ ਬੈਠੇ ਨੇ ਧਰਨਾ ਲਾ ਕੇ ਥੋੜ੍ਹਾ ਜਿਹਾ ਕੰਮ ਦਾ ਫਰਕ ਪਿਆ ਜੀ। ਪਰ ਭਾਅ ਜੀ ਤੁਸੀਂ ਵੱਡਾ ਐਲਾਨ ਕਰ ਦਿੱਤਾ ਸੀ ਅਸੀਂ ਵੀ ਕਹਿ ਦਿੱਤਾ ਸੀ ਤੁਹਾਡੀਆਂ ਗੱਲਾਂ ਸੁਣ ਕੇ ਕਿਉਂਕਿ ਤੁਸੀਂ ਗੱਲਾਂ ਬੜੀਆਂ ਜੋਸ਼ੀਲੀਆਂ ਕੀਤੀਆਂ ਸੀ ਗੜਕਵੀਆਂ ਕੀਤੀਆਂ ਸੀ ਅਤੇ ਲੋਕਾਂ ਨੇ ਵਿਸ਼ਵਾਸ ਵੀ ਕੀਤਾ ਚਲੋ ਤੁਸੀਂ ਲੋਕਾਂ ਦੀ ਆਸਾਂ ਦੇ ਖਰੇ ਉਤਰੇ ਹੋ। ਅਸੀਂ ਕਿਹਾ ਸੀ ਲੋਕਾਂ ਨੂੰ ਵੀ ਟਰਾਲੀਆਂ ਭਰ ਭਰ ਕੇ ਲਿਆਓ ਤੁਸੀਂ ਟਰਾਲੀਆਂ ਭਰ ਕੇ ਪਿੰਡਾਂ 'ਚੋਂ ਜਿੰਨੇ ਵੀ ਪੁਰਾਣੇ ਗੱਦੇ ਆ ਲਿਆਓ ਅਤੇ ਨਵੇਂ ਲੈ ਜਾਓ। ਕਿੱਦਾਂ ਟਰਾਲੀਆਂ ਆਈਆਂ ਭਰ ਕੇ? ਬਿਲਕੁਲ ਵੀਰ ਜੀ ਬਿਲਕੁਲ ਬਹੁਤ ਮਤਲਬ ਮੈਨੂੰ ਰਿਸਪੌਂਸ ਬਹੁਤ ਵਧੀਆ ਮਿਲਿਆ। ਅਸੀਂ ਇੱਕ ਦਿਨ ਦੇ ਵਿੱਚ 500-700 ਜੋੜਾ ਵੇਚ ਕੇ ਗਏ ਹਾਂ। ਬਹੁਤ ਵਧੀਆ ਗਿਆ ਪਿੰਡਾਂ 'ਚ। ਤੁਸੀਂ ਮੰਨੋਗੇ ਨਹੀਂ ਕਿ ਮੇਰੇ ਕੋਲ ਤਰਨ ਤਾਰਨ ਤੱਕ ਤੋਂ ਮਤਲਬ ਕਸਟਮਰ ਤਰਨ ਤਾਰਨ ਫਿਰੋਜ਼ਪੁਰਾ ਤੋਂ ਇੰਨੀ ਦੂਰੋਂ ਦੂਰੋਂ ਕਸਟਮਰ ਆਇਆ ਪੰਜਾਬ ਤੋਂ ਆਇਆ ਸਾਡੇ ਕੋਲ ਹਿਮਾਚਲ ਹਰਿਆਣੇ ਦਾ ਕਸਟਮਰ ਤੱਕ ਵੀ ਆਇਆ। ਭਾਅ ਜੀ ਤੁਹਾਨੂੰ ਹੁਣ ਜੇਕਰ ਨਵਾਜ਼ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚ ਗੱਦਿਆਂ ਦੇ ਤੁਸੀਂ ਕਿੰਗ ਹੋ ਤਾਂ ਇਹ ਵੀ ਕੋਈ ਅਰਥਕਥਨੀ ਨਹੀਂ ਹੋਊਗੀ ਕਿਉਂਕਿ ਲੋਕ ਬੜੇ ਖੁਸ਼ ਹੈ। ਉਹ ਕਹਿੰਦੇ ਕਈ ਵਾਰ ਭਾਅ ਜੀ ਕੰਪਲੇਂਟ ਸਾਨੂੰ ਆ ਜਾਂਦੀਆਂ ਜਦੋਂ ਵੀਡੀਓ ਕਰਦੇ ਹਾਂ ਅਤੇ ਹਰ ਇੱਕ ਦੁਕਾਨਦਾਰ ਵੱਡੀਆਂ ਗੱਲਾਂ ਕਰ ਦਿੰਦਾ ਵੱਡੀਆਂ ਫੜਾ ਮਾਰਦਾ ਆਪਾਂ ਇਹ ਵੀ ਦੇ ਦਿਆਂਗੇ ਆਹ ਵੀ ਡੀਲ ਦੇ ਦਿਆਂਗੇ ਇੰਨਾ ਡਿਸਕਾਊਂਟ ਦੇ ਪਰ ਜਦੋਂ ਉੱਥੇ ਜਾਂਦੇ ਆ ਉਹ ਦਿੰਦੇ ਨਹੀਂ। ਪਰ ਤੁਸੀਂ ਇਹ ਸਾਰਾ ਕਿੱਦਾਂ ਮੈਨੇਜ ਕੀਤਾ? ਤੁਸੀਂ ਜੋ ਬੋਲਿਆ ਬੋਲ ਵੀ ਪਗਾਏ ਜੋ ਤੁਸੀਂ ਵਰਾਇਟੀ ਦੱਸੀ ਉਹ ਤੁਸੀਂ ਦਿੱਤੀ ਵੀ ਹੈਗੀ ਆ। ਜੇ ਤੁਸੀਂ ਕਿਹਾ ਜੀ ਪੁਰਾਣੇ ਗੱਦੇ ਭਾਵੇਂ ਕਿਸੇ ਵੀ ਤਰ੍ਹਾਂ ਦੇ ਲਿਆਓ ਫਟੇ ਹੋਣ ਪੁਰਾਣੇ ਹੋਣ ਜਿੱਦਾਂ ਦੇ ਮਰਜ਼ੀ ਹੋਣ ਅਤੇ ਤੁਸੀਂ 2000 ਦੇ ਵਿੱਚ ਕੱਟੇ ਵੀ ਹੈਗੇ ਆ ਕਿੱਦਾਂ ਇਹ ਸਾਰਾ ਕੁਛ? ਵੀਰ ਜੀ ਦੇਖੋ ਕੋਈ ਵੀ ਕੰਮ ਕਰਨਾ ਹੁੰਦਾ ਨਾ ਸਿਰਫ ਗੱਲਾਂ ਨਾਲ ਕੰਮ ਨਹੀਂ ਹੁੰਦਾ ਮਿਹਨਤ ਕਰਨੀ ਪੈਂਦੀ ਆ। ਅਸੀਂ ਜਦੋਂ ਇਹ ਸੇਲ ਲਾਈ ਸੀ ਨਾ ਤੁਸੀਂ ਮੰਨੋਗੇ ਅਸੀਂ ਰਾਤੀ ਇੱਕ ਮਹੀਨਾ ਸਵੇਰੇ 4-4 ਵਜੇ ਦੁਕਾਨ ਵਧਾਈ ਹੈ ਅਤੇ ਸਵੇਰੇ 6 ਵਜੇ ਫਿਰ ਦੁਕਾਨ 'ਤੇ ਹੁੰਦੇ ਸੀ। ਕੋਈ ਵੀ ਕੰਮ ਹੈ ਇਕੱਲਾ ਗੱਦਿਆਂ ਦਾ ਨਹੀਂ ਮੈਂ ਕਹਿੰਦਾ ਕੋਈ ਵੀ ਕੰਮ ਹੈ ਮਿਹਨਤ ਕਰਨੀ ਪੈਂਦੀ ਹੈ। ਗਾਹਕ ਦੀਆਂ ਜੋ ਗੱਲਾਂ ਆਪਾਂ ਕਰਦੇ ਹਾਂ ਉਸ 'ਤੇ ਖਰਾ ਉਤਰਨਾ ਪੈਂਦਾ ਹੈ। ਕਈ ਵਾਰ ਇੱਦਾਂ ਹੁੰਦਾ ਗਾਹਕ ਨੂੰ ਸਾਡੇ ਕਸਟਮਰ ਮੇਰੇ ਕੋਲ ਇੰਨੇ ਵਧੀਆ ਵਧੀਆ ਕਸਟਮਰ ਹੈ ਮੈਨੂੰ ਪਿੰਡ ਵਾਲੇ ਜੋ ਨੇ ਇੰਨਾ ਕੁ ਉਹਨਾਂ ਨੇ ਮੇਰਾ ਸਾਥ ਦਿੱਤਾ ਤੁਸੀਂ ਮੰਨੋਗੇ ਨਹੀਂ ਕਿ ਆਪ ਤਾਂ ਉਹ ਗੱਦਾ ਲੈ ਕੇ ਜਾਂਦੇ ਸੀ ਮੇਰੇ ਤੋਂ ਆਪ ਵਰਤ ਕੇ ਉਸ ਤੋਂ ਬਾਅਦ ਪਿੰਡ ਦੇ ਹੋਰ ਲੋਕ ਵੀ ਮੇਰੇ ਕੋਲੋਂ ਆਪ ਵਿਚਾਰੇ ਆਪਣਾ ਪਰਸਨਲ ਤੇਲ ਫੂਕ ਕੇ ਮੇਰੇ ਕੋਲੋਂ ਲੈ ਕੇ ਆਉਂਦੇ ਹੁੰਦੇ ਸੀ। ਹੁਣ ਕਈ ਵਾਰ ਕੀ ਹੁੰਦਾ ਕਸਟਮਰ ਨੂੰ ਮਾੜਾ ਮੋਟਾ ਵਹਿਮ ਵੀ ਪੈ ਜਾਂਦਾ ਹੈ ਕਿ ਸਾਡਾ ਗੱਦਾ ਦੱਬ ਗਿਆ ਆਪਾਂ ਗੱਦਾ ਲਿਆ ਯੂਜ਼ ਕਰਾਂਗੇ ਮਾੜਾ ਮੋਟਾ ਨਰਮ ਤਾਂ ਹੁੰਦਾ ਹੀ ਹੁੰਦਾ। ਜਦੋਂ ਮੇਰੇ ਕੋਲ ਕੋਈ ਕਸਟਮਰ ਸ਼ਿਕਾਇਤ ਲਾ ਕੇ ਆਉਂਦਾ ਨਾ ਕਿ ਵਹਿਮ ਵੀ ਪੈ ਜੇ ਮੇਰਾ ਇੱਕੋ ਹੀ ਹੈ ਆਪਾਂ ਗੱਦਾ ਬਦਲ ਕੇ ਅਗਲੇ ਨੂੰ ਨਵਾਂ ਦਿੰਦੇ ਹਾਂ। ਕਿਉਂ ਦਿੰਦੇ ਹਾਂ? ਅਸੀਂ ਕੰਪਨੀ ਦੀ ਸੇਲ ਕੱਢਦੇ ਹਾਂ ਸਾਡਾ ਇੱਕ ਟਰੱਕ ਆਉਂਦਾ ਇੱਕ ਟਰੱਕ ਦੇ ਵਿੱਚ 300-400 ਜੋੜਾ ਆਉਂਦਾ। ਜੇ ਮੈਂ ਉਸ ਟਰੱਕ ਦੇ ਵਿੱਚ ਦੱਬੇ ਹੋਏ 5-7 ਜੋੜੇ ਮੋੜ ਦਿੰਦਾ ਨਾ ਮੈਨੂੰ ਕੰਪਨੀ ਬਿਲਕੁਲ ਨਾ ਨਹੀਂ ਕਰਦੀ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਸੀਂ ਮਹੀਨੇ ਦੇ ਵਿੱਚ ਵੇਚਣੇ ਹੀ 50 ਜੋੜੇ ਹੈ ਅਤੇ 50 ਜੋੜੇ ਵੇਚੇ ਤੇ ਕੰਪਨੀ ਨੂੰ 5 ਵਾਪਸ ਵੇਚਦੇ ਫਿਰ ਕੰਪਨੀ ਨੂੰ ਚੁੱਕਦੀ। ਜਿਹੜੇ ਪੁਰਾਣੇ ਗੱਦੇ ਸੀ ਕਿੱਦਾਂ ਦੇ ਸਾਫ਼ ਸੁਥਰੇ ਮਿਲੇ ਸੀ ਜਾਂ ਖਰਾਬ ਸੀਗੇ? ਦੇਖੋ ਹਰ ਤਰ੍ਹਾਂ ਦੇ ਗੱਦੇ ਆਏ ਆ, ਹਰ ਤਰ੍ਹਾਂ ਦੇ ਗੱਦੇ ਆਏ ਆ, ਖਰਾਬ ਵੀ ਆਏ ਆ। ਅਸੀਂ ਤਾਂ ਇੱਕ ਗੱਲ ਕਹੀ ਸੀ ਕਿ ਸਾਡੇ ਭਾਵੇਂ ਤੁਸੀਂ ਲੀਰਾਂ ਵਾਲਾ ਲੈ ਆਓ, ਅਸੀਂ ਉਹ ਵੀ 2000 'ਚ ਕੱਟਿਆ। ਕੋਈ ਮਹੀਨੇ ਪੁਰਾਣਾ ਗੱਦਾ ਲੈ ਆਉਂਦਾ ਸੀ ਕਿ ਮੈਨੂੰ ਇਹ ਸੂਟ ਨਹੀਂ ਕੀਤਾ। ਮੈਂ ਉਸ ਦਿਨ ਵੀ ਗੱਲ ਕਹੀ ਸੀ ਕਿ ਬੈਕ ਪ੍ਰੋਬਲਮ, ਅੱਜ ਕੱਲ੍ਹ ਹਰ ਮਤਲਬ ਬੈਕ ਪ੍ਰੋਬਲਮ ਦੀ ਬਹੁਤ ਪ੍ਰੋਬਲਮ ਆਉਂਦੀ ਹੈ। ਲੋਕਾਂ ਨੂੰ ਲੱਗਦਾ ਕਿ ਸਾਨੂੰ ਸ਼ਾਇਦ ਕੋਈ ਬਿਮਾਰੀ ਹੈ, ਪਰ ਨਾ, ਇਹ ਸਿਰਫ ਇੱਕ ਆਪਾਂ ਜਦੋਂ ਰਾਤ ਸੌਂਦੇ ਹਾਂ ਗੱਦਿਆਂ ਕਰਕੇ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਕਈ ਲੋਕਾਂ ਨੇ ਗੱਦੇ ਚੇਂਜ ਕੀਤੇ ਆ ਅਤੇ ਅੱਜ ਹੁਣ ਉਹ ਬਹੁਤ ਸਾਡੇ ਤੋਂ ਸੰਤੁਸ਼ਟ ਵੀ ਨੇ।
तो बाकी एक बार मैं फिर दस दिना तुम पटियाला अनारदाना चौंक जाओ इतने टी जी फर्नीचर है कोई भी पुराना गद्दा लियाओ फटिया पुराना लीर वाला हो रूह वाला हो 2000 रुपए के पुराना गद्दा कट्टना तो नवे गद्दे थानू नवे दे देने है तुम चाहे महंगा गद्दा लै लो कोई सस्ता लै लो पर थोड़ा पुराना गद्दा 2000 कट लेना कोई भी दुकानदार योजे ऐलान नहीं करता भाजी तुम मैं ये दसो भी रेटा वाधा होया क्योंकि जो अं कपड़े दुकाना जाने प्लास्टिक जाने सारे ये कह रहे हैं भी जरा रेटा च वाधा हो गया किन्ने महंगे कर दते गद्दे देखो जी रेट बिल्कुल कोई दुकानदार झूठ नहीं बोल रहा रेट वधे ने पर असी हजे तक रेट नहीं वधाए क्योंकि असी कंपनी नूं ब्लंक च ऑर्डर दिंदे आ साडा हजे भी घट्टो घट मेरा हजे भी 20 ट्रकां दा ऑर्डर कंपनी कोल पिया पुराने रेट दा इहदे लई की हुंदा जदों रेट वधने हुंदे आ कंपनी सानूं पहलां दस दिंदी आ कि भाई आह तरीक नूं रेट नवें वध रहे ने जे तुसीं कोई ऑर्डर दिंदे हो अज जां उस डेट तों पहलां तुहानूं पुराने रेट च मिलेगा जदों सानूं इह पता लगदा असी ब्लंक च माल चक लैंदे आ हुण तुसीं मार्केट चले जाओ मार्केट दा नहीं कसूर हर दुकानदार ने रेट वधे आ क्योंकि पिछों रेट हुण वध के आ रहा है पर असी अज भी रेट जदों तक साढ़े कोल पुराना माल पे है असी अज भी पुराने रेट ते ही गद्दा दे रहे हैं ते पुराना माल साढ़े कोल स्टॉक काफ़ी जमा होया है जो तुसीं पुराने रेटा ते दोगे देखो वीर जी स्टोर माल दी इदां मेरे कोल माल एक दिन छड के हुण भी पहला जदों दिवाली वाला महीना सी रोज़ एक ट्रक आ रहा सी हुण भी एक दिन छड के ट्रक आ रहा है ते माल साढ़े कोल हजे भी पुराना जब तक पुराना पिया असी माल दवांगे दवांगे पुराने रेट ते असी रेट नहीं वधावांगे असी अपना प्रॉफिट कढा लांगे पर कस्टमर नूं परेशान नहीं करांगे भाजी मैं चाहांगा भी तुसी सानू कुछ डिजाइन जां कुछ कंपनियां बारे भी दस दिओ किहड़ियां-किहड़ियां कंपनियां ते किहड़े-किहड़े अपने कोल डिजाइन हैगे आपां उह वी थोड़ा जिहा लोकां नूं दिखा भी दईए तां जो उहनूं पता लग जावे भी आपां की आ आओ जी आओ उपर चलो आ जाओ हुण आपां इत्थे इक गल होर हैगी आ जिहड़ा तुसी आ देख रहे आ इन्ना ही नहीं चार मंजिलों से यह जो स्टोर हैगा सारिया इदा धड़ाधड़ जिहड़ियां टांका लगियां भरे हुए आ उपर जाके तुहानूं दिखाउने आ डिजाइन किहड़े हैगे आ ब्रांड किहड़े हैगे आ ते तुहानूं होर भी उहनां दी इनफॉर्मेशन देवांगे कि उहदे विच की बेस्ट हैगा आओ चलीए सो हुण आपां तुहानूं दिखावांगे मॉडल्स क्योंकि हर एक बंदे नूं साफ सुथरी जिही अही देख के दिखा देनी आ भी कि वरायटी हैगी मैं दिखावांगा इधर भी तुसीं देख सकते हो कि वक् वक्खरियां कंपनियां दे गद्दे इत्थे हैगे आ भाजी कि दिखाओगे पहला तुसीं इह ना एक बहुत ही सस्ता पर सीगा वधिया लोगों ने तारीफ बड़ी की 3000 का गद्दा दिखाया 2000 रुपए पुराना लैके 1000 रुपए दिता बिल्कुल बिल्कुल भाजी दिता सी साढ़े कोल हर तरह का गद्दा देखो जिन्ना गुड़ को गुड़ पावे मिठा होना है मेरे को 3000 का लो मेरे को 5000 का लो जिदी जिनी गरंटी आती असं उन्नी दें साढ़े को सब तो ज़्यादा सेल हुई है गद्दे की डॉक्टर बैक केयर की आ देखो आ गद्दा है इस गद्दे के कंपनी के 22-23 मॉडल आते हैं ਇਹ ਕੰਪਨੀ ਦਾ ਗੱਦਾ ਜਿਹੜਾ ਹੈਗਾ 7000 ਤੋਂ ਸ਼ੁਰੂ ਹੁੰਦਾ ਹੈ 7000 ਦਾ ਇਹਦਾ ਸਭ ਤੋਂ ਲੋਅ ਮਾਡਲ ਜਿਹੜਾ ਆਉਂਦਾ ਉਹ ਆਉਂਦਾ 5000 ਰੁਪਈਆਂ ਦਾ ਪਰ ਅਸੀਂ ਨਹੀਂ ਮੰਗਾਉਂਦੇ ਕਿਉਂਕਿ ਉਹਦੀ ਕੰਪਨੀ ਗਰੰਟੀ ਨਹੀਂ ਦਿੰਦੀ ਇਹ ਗੱਦੇ ਦੀ ਮੇਨ ਮਾਡਲ 4-5 ਗੱਦੇ ਹੈ ਮਾਡਲ ਇਸ ਕੰਪਨੀ ਦੇ ਜੋ ਜ਼ਿਆਦਾ ਵਿਕਦੇ ਨੇ ਇਸ ਗੱਦੇ ਦੀ ਇੱਕ ਤਾਂ ਸਭ ਤੋਂ ਵੱਡੀ ਖਾਸੀਅਤ ਹੈ ਡਬਲ ਸਾਈਡ ਦੋਨੋਂ ਸਾਈਡ ਆਰਥੋਪੈਡਿਕ ਹੈ ਦੋਨੋਂ ਸਾਈਡ ਵਾਟਰਪਰੂਫ ਹੈ ਆਮ ਗੱਦਿਆਂ 'ਚ ਕੀ ਹੁੰਦਾ ਇੱਕ ਸਾਈਡ ਵਾਟਰਪਰੂਫ ਹੁੰਦਾ ਇੱਕ ਸਾਈਡ ਨਹੀਂ ਹੁੰਦਾ ਇਹ ਦੋਨੋਂ ਸਾਈਡ ਵਾਟਰਪਰੂਫ ਹੈ ਸਭ ਤੋਂ ਜ਼ਿਆਦਾ ਇਸ ਗੱਦੇ ਦੀ ਸੇਲ ਹੋਈ ਹੈ ਅਤੇ ਹੁਣ ਵੀ ਇਸ ਗੱਦੇ ਦੀ ਇੰਨੀ ਕੁ ਡਿਮਾਂਡ ਹੈ ਸਾਡੇ ਤੋਂ ਮਾਲ ਨਹੀਂ ਪੂਰਾ ਹੋ ਰਿਹਾ ਜਿਹੜਾ ਡਾਕਟਰ ਬੈਕ ਕੇਅਰ ਹੈਗਾ ਇਹਦਾ ਮਤਲਬ ਕੀ ਹੈ ਵਾਕਈ ਕੋਈ ਹੈ ਕਿ ਬ੍ਰਾਂਡ ਹੈ ਜਾਂ ਇਹਦਾ ਕੋਈ ਵਾਕਈ ਹੈਗਾ ਵੀ ਤੁਹਾਡੀ ਬੈਕ ਪੇਨ ਜਾਂ ਕੁਛ ਇਹਦਾ ਰਾਹਤ ਮਿਲਦੀ ਹੈ ਨਾ ਬਿਲਕੁਲ ਬਿਲਕੁਲ ਭਾਅ ਜੀ ਰਾਹਤ ਮਿਲਦੀ ਹੈ ਮੈਂ ਲੋਕਾਂ ਨੂੰ ਇੱਕ ਚੀਜ਼ ਜਾਗਰੂਕ ਕਰਨਾ ਚਾਹੁੰਦਾ ਕਿ ਇਹ ਇੰਡੀਆ ਹੈ ਉਰੇ ਓਰੀਜਨਲ ਬਾਅਦ ਚੋਂ ਆਉਂਦੀ ਹੈ ਡੁਪਲੀਕੇਟ ਪਹਿਲਾਂ ਹੀ ਹੁੰਦੀ ਹੈ ਡਾਕਟਰ ਬੈਕ ਕੇਅਰ ਦੇ ਨਾਮ ਤੋਂ ਕਈ ਦਿੱਲੀ ਮੇਡ ਦੇ ਗੱਦੇ ਆ ਰਹੇ ਨੇ ਜੋ ਦੇਸੀ ਨੇ ਉਹ ਡੁਪਲੀਕੇਟ ਹੈ ਕੋਈ ਡਾਕਟਰ ਬੈਕ ਖਾਲੀ ਦੇ ਨਾਮ ਤੋਂ ਆ ਰਿਹਾ ਕੋਈ ਡਾਕਟਰ ਕੇਅਰ ਦੇ ਨਾਮ ਤੋਂ ਆ ਰਿਹਾ ਕੋਈ ਐਵੇਂ ਬਣਿਆ ਹੁੰਦਾ ਡਾਕਟਰ ਮੈਟਰਸ ਕੋਈ ਇੱਦਾਂ ਦਾ ਗੱਦਾ ਸਭ ਡੁਪਲੀਕੇਟ ਹੈ ਓਰੀਜਨਲ ਗੱਦਾ ਡਾਕਟਰ ਬੈਕ ਕੇਅਰ ਦੇ ਨਾਮ ਤੋਂ ਆ ਰਿਹਾ ਬਕਾਇਦਾ ਬਿੱਲ ਦੇ ਉੱਪਰ ਲਿਖਿਆ ਹੁੰਦਾ ਇਸ ਗੱਦੇ ਦੀ ਜੋ ਗਰੰਟੀ ਹੈ 5 ਸਾਲ ਦੀ ਗਰੰਟੀ ਹੈ ਨੋਟ ਵਾਰੰਟੀ ਜੇ ਇਹ ਗੱਦਾ ਦੱਬਦਾ ਇਸ ਗੱਦੇ ਦੀ ਸਾਨੂੰ ਕੰਪਲੇਂਟ ਆਉਂਦੀ ਹੈ ਸਾਨੂੰ ਕੰਪਨੀ ਵੱਲੋਂ ਫੁੱਲ ਕਿਹਾ ਪਿਆ ਕਿ ਗੱਦਾ ਕਸਟਮਰ ਨੂੰ ਤੁਸੀਂ ਬਦਲ ਕੇ ਨਵਾਂ ਦਿਓ 5 ਸਾਲ ਦੀ ਗਰੰਟੀ ਹੈ 4 ਸਾਲ 11 ਮਹੀਨੇ 28 ਦਿਨ ਦੇ ਵਿੱਚ ਵੀ ਗੱਦਾ ਖਰਾਬ ਹੁੰਦਾ ਲਾਸਟ 2 ਦਿਨ ਰਹਿ ਜਾਣਗੇ ਅਸੀਂ ਤੁਹਾਨੂੰ ਗੱਦਾ ਫਿਰ ਨਵਾਂ ਦੇਵਾਂਗੇ ਜੇ ਗੱਦਾ ਦੱਬ ਜਾਂਦਾ ਜੀ ਭਾਜੀ ਇਹ ਤਾਂ ਤੁਸੀਂ ਦੱਸਿਆ ਵੀ 7000 ਤੋਂ ਸਟਾਰਟ ਆ ਕੋਈ ਜਿਹੜਾ ਸਟਾਰਟਿੰਗ ਹੈਗਾ ਆ ਉਹ ਵੀ ਸਾਨੂੰ ਦਿਖਾ ਦਿਓ ਵੀ ਕਿੱਦੇ ਤੋਂ ਆ ਜਾਂਦਾ ਆ ਇਹਦੇ ਨਾਲ ਦੇ ਜਿਹੜੇ ਗੱਦੇ ਆ ਅਸੀਂ ਇਹ 3000 ਦਾ ਗੱਦਾ ਅੱਜ ਮਾਰਕੀਟ 'ਚ ਇਹ ਗੱਦਾ 1000 ਰੁਪਇਆ ਮਹਿੰਗਾ ਹੋ ਗਿਆ 4000 ਨੂੰ ਵਿਕ ਰਿਹਾ ਪਰ ਸਾਡੀ ਦੁਕਾਨ ਤੇ ਅੱਜ ਵੀ ਦਾ 3000 ਰੁਪਈਆ ਰੇਟ ਆ ਵੀਰ ਜੀ ਮਤਲਬ ਤੁਹਾਨੂੰ ਪੁਰਾਣਾ ਗੱਦਾ ਦੇ ਜਾਣ 2000 ਰੁਪਏ 'ਚ ਤੇ ਤੁਸੀਂ ਇਹ ਕੱਟ ਦਿਓਗੇ 1000 ਰੁਪਈਆ ਦਿਓ ਜੀ ਸਾਨੂੰ ਤੇ ਗੱਦਾ ਲੈ ਜਾਓ ਭਾਜੀ ਇੱਕ ਗੱਲ ਹੋਰ ਕਰਨੀ ਆ ਕਿਸਾਨੀ ਅੰਦੋਲਨ ਦੀ ਸਾਰੇ ਕਿਸਾਨਾਂ ਦੇ ਸਪੋਰਟ ਦੇ ਵਿੱਚ ਲੱਗੇ ਹੋਏ ਆ
दिल्ली दे विच बहुत सारा लोगों ने सपोर्ट की है, किसी ने कंबल भेजा, किसी ने फूड भेजा, किसी ने कुछ भेजा, की कोई किसान जथेबंदियां तुहाडे नाल कोई संपर्क किया, कोई सपोर्ट की? देखो जी, जेड़े अपने किसान दिल्ली बैठे है, असी शहरी लोग उन्हां दा देना नहीं दे सकते, पहली गल। तां दूजी गल, जे किसान है तो शहरी है, जे किसान नहीं तो शहरी खत्म। जे अज मेरे चार चार मंजिली शोरूम भरे पे है किसाना करके ही है, किसान जे शहर जाना बंद कर गया असी भी भुखे मरांगे। मैं अपने शहरी भरावां नूं व्यापार मंडल दा, मैं पटियाले दा सीनियर मीत प्रधान भी हाँ, मैं अपने व्यापारी भरावां नूं कहना चाहना, जिन्ना हो सकता है जे तुसी दिल्ली नहीं जा सकते उन्हां दी मदद करो। मेरे कोल कई किसान मेरे भरा पिंडा दे आए, उन्होंने उत्थे गद्दियां दी रिक्वायरमेंट मैनू दित्ती, जिन्ने दा ट्रक मैनू आंदा सी, जिन्ने दा ट्रक मैं बिल दिखा के 1% भी कमाई नहीं कीती, उन्ने दा उन्हां नूं ट्रक दे ट्रक भेजे ने। अज भी साडा दिल्ली माल जा रहा है क्योंकि पिछे बरसात पै गई सी, उत्थे जिन्ना गद्दा गया सारा खराब हो गया सी, असी ओह खराब गद्दा भी चक के वापिस करके नवा गद्दा दित्ता, ते पैसे भी नहीं ले उन्हां दे। चलो, ये भी एक बहुत बड़ी सपोर्ट सीगी। बिल्कुल, नाल ही मैं एक होर गल कहना चाहना, अपने किसान भरावां लई, प्लस किसान भरावां लई ते जेड़ा किसानां दी मदद कर रहा है, दिल्ली जा रहा है, धरने च बैठ रहा है, आम गद्दा मैं 2000 रुपए का कटदा, जेड़ा बंदा दिल्ली मोर्चे दे विच शामिल होया है, किसानां दी मदद कीती है, अपनी वह सानू फोटो दिखावे, उन्हां दा असी पुराना गद्दा 2500 रुपया च कट्टांगे, नाल उन्हां तो ना कोई 1 रुपया कमावांगे, बिल अगे रख दांगे, जिन्ने दा सानू आ रहा असी गद्दा उन्हां दा देवांगे, उन्हां तो ना कमावांगे। मैं ये नहीं कह रहा मैं घाटा पा के देवांगा, ना मैं कमावांगा, स्पैशल उन्हां दी कंपनी वालों गल करके असी उन्हां नूं 2500 दी स्कीम दे रहे हैं। सो वाकई यह एक बहुत वड्डी गल आ, मेरे ख्याल नाल पंजाब दे विच पहले व्यापारी आ जिन्हां ने यह सारा कुछ क्लीयर कर दिता। पिछली वीडियो भी तुसीं देखी, मैं स्टार्टिंग तो भी यही गल कह रहा सी कि तुसीं इत्थे आओगे तुहानूं पुराने गद्दे 2000 रुपए दे विच जिहड़े कट्टणे आ, पर भाजी उन्होंने एक होर वड्डी गल कह दित्ती आ, किसानी अंदोलन की सपोर्ट दे विच जेकर तुसीं किसान हो जां तुसीं किसान नहीं पर दिल्ली धरने ते जाके आए हो, तुसीं उहदा स्क्रीनशॉट दे दिओ, फोटो खिंच के भी असीं धरने ते जाके आए हो, ते तुहाडा 2000 दी जगह 2500 रुपए दे विच उह गद्दा कट्टिया जाऊगा, जिहड़ा इहनां दा 500 रुपए दी इहनां दी हैगी आ कमाई, उह भी जिहड़ी कि छड्डी जा रही आ। इहो जिहे सपोर्ट किसानां दे हक्कां विच कीतियां जा रहियां आ। दूजे पासे तुसीं कोई भी तुहाडे घर दे विच लीरां वाला गद्दा होवे, रूम वाला होवे, नारियल वाला होवे, कोई परवाह नहीं, नवां आ पुराना आ जिद्दां दा मर्जी आ, वह भी तुहाडा 2500 च ही कट्टिया जाना आ। जेकर तुसीं नवें गद्दे लैण जाणे तुहानूं 3000 दा मिल जाणा, पर तुहाडा पुराना ही 2500 जिन्हां ने कट लैणा। ये पंजाब दे विच पहले सब तो वड्डे गद्दियां दे विच किंग बन गए आ, वड्डे व्यापारी बन गए आ, जो एडियां वड्डियां डील सानूं दे रहे आ। नाल ही इन्हां ने यह भी ललकार के गल आखी आ, तुसीं नवें गद्दे लै जाओ, तुहाडा गद्दा बैठ जाए, उहदे विच कोई टोआ जिहा पै जाए जां उहनूं कोई होर प्रॉब्लम आ जाए, तां गद्दा दे जाओ, नवां गद्दा लै जाओ, इहो जिहियां डील्स इहनां वल्लों दित्तियां जा रहियां आ। भाजी, इह हजे किन्ने चिर तक स्कीम तुहाडी चलदी रहेगी? देखो वीर जी, पहलां तां इह स्कीम कंपनी ने बंद कर दित्ती सी, पर असी कंपनी नूं रिक्वेस्ट कीती क्योंकि साडे कुछ कु भरा जिहड़े किसान भरा, तुहानूं पता लखां दी तादाद च, करोड़ां दी तादाद च दिल्ली बॉर्डर ते बैठे आ, उह अजे बेचारे साडी ऑफर दा फायदा नहीं लै सके। असी कंपनी नूं रिक्वेस्ट करके दोबारा शुरू कीती है, जदों तक इह मोर्चा चल रहा है, मोर्चे तो पता बाद जदों साडे किसान भरा अपने घरां नूं आ जाणगे ते गद्दे लै जाणगे, उस तो बाद ही इह जाके बंद होएगी। किसानां लई ऑफर ये बहुत मतलब चलती रहेगी हजे तक, तां जद तक किसान साडे उत्थों वापस नहीं आ जाते। नाल मैं एक गल होर करना चाहना, जदों असी ये वीडियो पाई सी साडे कोल काफ़ी नौजवान आए, उन्होंने काम शुरू किया, बड़े भरा मेरे बहुत वधिया उन्होंने रिस्पोंस मिलिया। एक मेरा भरा वै तरन तारण का, वह साडे तो माल लै गया सी सिर्फ मैं कहा 1,00,000 रुपया का, अज वो मेरा भरा मैनू 5-5, 10-10 लाख का ऑर्डर कट्ठा दे रहा है, तो बहुत वधिया उस बंदे ने काम शुरू कर लिया। मैं हजे भी कहना चाहना, जेड़े मेरे भरा घरे बैठे है काम नहीं कर रहे, उन्होंने लिए एक स्पैशल ऑफर है, सिर्फ तो सिर्फ तुम 31,000 रुपया, सिर्फ 31,000 रुपया लैओ, ਤੁਹਾਨੂੰ ਅਸੀਂ ਦੁਕਾਨ ਤੇ ਕੰਮ ਅਸੀਂ ਸ਼ੁਰੂ ਕਰਵਾ ਕੇ ਦਵਾਂਗੇ। ਭਾਜੀ, 31,000 ਦੇ ਵਿੱਚ ਕਿੱਦਾਂ, ਇਹ ਬੜੀ ਚੈਲੰਜ ਵਾਲੀ ਗੱਲ ਤੁਸੀਂ ਕਰ ਰਹੇ ਹੋ, 31,000 ਰੁਪਏ ਦੇ ਵਿੱਚ ਤਾਂ ਗੱਦਿਆਂ ਦਾ ਕੰਮ ਸੱਚਾਈ ਆ ਇਹ? ਬਿਲਕੁਲ ਵੀਰ ਜੀ, ਬਿਲਕੁਲ, ਤੁਸੀਂ ਜਦੋਂ ਮਰਜ਼ੀ ਆਪਣਾ ਬੰਦਾ ਭੇਜ ਕੇ ਚੈੱਕ ਕਰਵਾ ਲੈਣਾ, ਸਿਰਫ 31,000। ਮੈਂ ਬਾਰ ਬਾਰ ਕਹਿ ਰਿਹਾ, ਜਿਹੜੇ ਮੇਰੇ ਭਰਾ ਘਰ ਬੈਠੇ ਹੈ ਗੱਲਾਂ ਕਰਦੇ ਰਹਿੰਦੇ ਹੈ, ਪਰਮਾਤਮਾ ਪਰਮਾਤਮਾ ਨੇ ਨੀਚੇ ਨਹੀਂ ਆਉਣਾ,
मेहनत करो, सिर्फ 31,000 रुपया लो, असी तुहानू काम भी शुरू करावांगे, तुहाडी उस शहर च ऐड भी पवावांगे ते तुहाडा पूरा साथ देवांगे। तुसी काम करो, मेहनत करो, जे तुसी पैसे नहीं तुहाडे कोल हैगे उस तो वध माल तुहानू चाहीदा होगा, तुसी माल वेचो, माल वेच के सानू पैसे दिओ। बाकी ये तो बहुत वड्डी दलेरी इन्हां वल्लों दिखाई जा रही आ, किसानां नू भी सपोर्ट कीती आ, जिहड़े बेरोजगार वीर साडे हैगे आ, जिहड़े रोजगार चाहुंदे आ, सरकारां तां नहीं हैगियां पर तुहाडे 'च जज्बा होवे, तुहाडे 'च जुरत होवे, तुसीं अपना काम शुरू कर सकदे आ। जदों इहो जिहे वीर तुहाडे नाल सपोर्ट करदे आ, सिर्फ 31,000 रुपए दे विच तुसीं नवां काम शुरू करो ते 1,000 रुपए महीने तुसीं कमा सकदे आ, तां तुसीं इत्थे आओ, तुहानू हर तरहां दी इहनां वल्लों नॉलेज भी दित्ती जाएगी। सो ਜਿੰਨੇ ਲੋਕਾਂ ਨੇ ਫਾਇਦਾ ਲੈ ਲਿਆ ਬਹੁਤ ਚੰਗੀ ਗੱਲ ਆ, ਪਰ ਤੁਸੀਂ ਜਿਨ੍ਹਾਂ ਨੇ ਹਜੇ ਤੱਕ ਨਹੀਂ ਫਾਇਦਾ ਲਿਆ, ਹੁਣ ਤੁਹਾਨੂੰ ਤਲਾਈਆਂ ਤੇ ਦਰੀਆਂ ਤੇ ਚਾਦਰਾਂ ਤੇ ਚਟਾਈਆਂ ਵਿਛਾ ਕੇ ਸੌਣ ਦੀ ਨਹੀਂ ਲੋੜ ਹੈਗੀ, ਠੰਡ ਦੇ ਦਿਨ ਹੈਗੇ ਆ, ਇੱਥੇ ਆਓ, ਬੜੇ ਸਸਤੇ ਰੇਟਾਂ ਤੇ ਗੱਦੇ ਲੈ ਜਾਓ, ਘਰ 'ਚ ਤੁਹਾਡੀਆਂ ਪੁਰਾਣੀਆਂ ਤਲਾਈਆਂ ਕੋਈ ਵੀ ਪੁਰਾਣੇ ਤਰ੍ਹਾਂ ਦੇ ਗੱਦੇ ਹੈਗੇ ਆ, ਲੀਰਾਂ ਵਾਲੇ ਗੱਦੇ ਹੈਗੇ, ਉਹ ਵੀ ਦੇ ਜਾਓ, ਉਹ ਵੀ ਤੁਹਾਡਾ 2,500 ਰੁਪਏ ਦੇ ਵਿੱਚ ਕੱਟ ਲੈਣਾ ਜੇਕਰ ਤੁਸੀਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਹੈਗੇ ਆ। ਇਹ ਸਾਰੀਆਂ ਇਹਨਾਂ ਵੱਲੋਂ ਆਫਰਸ ਦਿੱਤੀਆਂ ਜਾ ਰਹੀਆਂ। ਭਾਅ ਜੀ ਨਾਲ ਹੀ ਮੈਨੂੰ ਇਹ ਵੀ ਦੱਸੋ, ਤੁਸੀਂ ਲਾਸਟ ਟਾਈਮ ਇੱਕ ਹੋਰ ਪਰਦਿਆਂ ਬਾਰੇ ਵੀ ਦੱਸਿਆ ਸੀ, ਸੋਫਿਆਂ ਬਾਰੇ ਵੀ ਦੱਸਿਆ ਸੀ, ਅਤੇ ਜਿਹੜੇ ਮੈਟ ਹੈਗੇ ਆ ਗੁਰੂ ਘਰਾਂ ਵਿੱਚ ਜਾਂ ਹੋਰ ਹਾਲਾਂ ਦੇ ਵੀ ਵਿਛਾਏ ਜਾਂਦੇ, ਉਹ ਕਿੱਦਾਂ ਦਾ ਰਿਸਪੋਂਸ ਸੀਗਾ? ਵੀਰ ਜੀ ਰਿਸਪੋਂਸ ਹਰ ਚੀਜ਼ ਦਾ ਮੇਰੇ ਕੋਲ ਬਹੁਤ ਵਧੀਆ ਹੈ। ਜਿਸ ਦਿਨ ਵੀਡੀਓ ਪਾਈ ਸੀ ਉਸ ਤੋਂ ਪਹਿਲਾਂ ਮੇਰੇ ਪੰਜਾਬ ਦੇ ਵਿੱਚ 150 ਤੋਂ 200 ਕੋਂਟਰ ਹੋਣੇ, 150 ਤੋਂ 200 ਕੋਂਟਰ ਹੋਣੇ, ਪਰ ਵੀਡੀਓ ਤੋਂ ਬਾਅਦ ਇਸ ਟਾਈਮ ਮੇਰੇ 800 ਦੇ ਕਰੀਬ ਪੂਰੇ ਪੰਜਾਬ 'ਚ, ਹਰਿਆਣੇ 'ਚ ਸਾਡੇ ਕਾਊਂਟਰ ਨੇ। ਮੈਂ ਆਪਣੇ ਭਰਾਵਾਂ ਨੂੰ ਕਹਿੰਦਾ, ਤੂੰ ਇਹ ਕੰਮ ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਮੰਨੋਗੇ ਇਸ ਲੈਨ 'ਚ ਇੰਨਾ ਕੁ ਪੜਦਾ, ਤੁਸੀਂ ਸੋ ਮੈਨੇ ਸਾਰਾ ਪੜਦਾ ਚੱਕ, ਸਗੋਂ ਮੈਨੂੰ ਕਈ ਮੇਰੇ ਭਰਾ ਜਿਹੜੇ ਕੰਮ ਇਹ ਹੋਰ ਕਰਦੇ ਨੇ, ਬੜਿਆਂ ਨੇ ਕਿਹਾ ਤੂੰ ਐਵੇਂ ਨਾ ਕਰ, ਪਰ ਮੈਨੇ ਬਿਲਕੁਲ ਸਾਫ਼ ਸੁਥਰਾ ਕੰਮ ਰੱਖਤਾ। ਆਪਾਂ ਲੋਕ ਜਾਂਦੇ ਹਾਂ, ਅਸੀਂ ਚੰਡੀਗੜ੍ਹੋਂ ਪੜਦੇ ਲਵਾਏ ਆ 2,00,000 ਰੁਪਈਆਂ ਦੇ, ਮੈਂ ਚੈਲੰਜ ਕਰਦਾ, ਚੈਲੰਜ, ਜੇ ਮੇਰੀ ਗੱਲ 'ਚ 1% ਵੀ ਫਰਕ ਹੋਇਆ, ਉਹੀ 2,00,000 ਦੇ ਪੜਦੇ ਮੈਂ ਤੁਹਾਨੂੰ 1,00,000 ਚੂਰੇ ਲਾ ਕੇ ਦੇਵਾਂਗਾ ਪਟਿਆਲੇ ਦੇ ਵਿੱਚ। ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ 'ਚੋਂ ਤੁਹਾਡੇ ਘੜੇ ਸਾਡਾ ਮੁੰਡਾ ਪ੍ਰੈਸ ਕਰਕੇ ਪੜਦੇ ਟੰਗ ਕੇ ਵੀ ਆਊਗਾ। ਜਦੋਂ ਵੀ ਤੁਸੀਂ ਕੋਈ ਚੀਜ਼ ਲੈਣੀ ਹੈ ਸਾਡੇ ਕੋਲ ਪੂਰੇ ਪੰਜਾਬ 'ਚੋਂ ਕੰਪਨੀ ਦਾ ਨਾਮ, ਬ੍ਰੈਂਡਡ ਦੀ ਗੱਲ, ਦੇਸੀ ਦੀ ਕੋਈ ਸਾਡੀ ਸਕੀਮ ਨਹੀਂ ਹੈ, ਬ੍ਰੈਂਡਡ ਚੀਜ਼ ਬ੍ਰੈਂਡਡ ਲਿਆਓ, ਆਪਣਾ ਪਰਚੀ 'ਚ ਰੇਟ ਲਿਖਵਾ ਕੇ ਲਿਆਓ ਕਿ ਸਾਨੂੰ ਤਾਂ ਇਹ ਰੇਟ ਮਿਲਦਾ, ਅਸੀਂ 20% ਉਸ ਰੇਟ ਤੋਂ ਤੁਹਾਨੂੰ ਘੱਟ ਚੀਜ਼ ਦੇਵਾਂਗੇ। 600-700 ਜਿਹੜੇ ਸਾਡੇ ਭਰਾ ਸਾਡੇ ਨਾਲ ਜੁੜੇ ਪਏ ਨੇ, ਇੰਨੇ ਕਾਊਂਟਰ ਲੱਗੇ ਆ, ਉਹ ਬੰਦੇ ਇਸ ਟਾਈਮ ਇੰਨੇ ਕੁ ਖੁਸ਼ ਹੈ। ਕੋਈ ਮੇਰਾ ਭਰਾ 15,000 ਰੁਪਏ ਮਹੀਨੇ ਦੇ ਕੰਮ ਕਰਦਾ ਸੀ, ਕੋਈ 10,000 ਰੁਪਏ ਮਹੀਨੇ ਦੇ ਕੰਮ ਕਰਦਾ, ਅੱਜ ਉਹ ਬੰਦਾ ਆਪਣੀ ਦੁਕਾਨ ਦਾ ਇੱਕ ਤਾਂ ਮਾਲਕ ਬਣ ਚੁੱਕਾ ਹੈ ਅਤੇ ਰੁਪਈਆ 50 ਤੋਂ 60,000 ਰੁਪਇਆ ਮਹੀਨਾ ਕਮਾ ਰਿਹਾ, ਸਿਰਫ ਪੈਸੇ ਕਿੰਨੇ ਲਾ ਕੇ 1,00,000 ਜਾਂ 2,00,000 ਰੁਪਈਆ ਲਾ ਕੇ। ਸੋ ਬਾਕੀ ਤੁਸੀਂ ਇੱਥੇ ਆ ਕੇ ਫਾਇਦੇ ਲੈ ਸਕਦੇ ਆ, ਤੁਸੀਂ ਗੱਲ ਵੀ ਦੇਖ ਲਈ ਹੈ ਅਤੇ ਗੱਲ ਕਰਨ ਦਾ ਤਰੀਕਾ ਵੀ ਦੇਖ ਲਿਆ ਅਤੇ ਲਲਕਾਰ ਵੀ ਦੇਖ ਲਿਆ, ਬੰਦਾ ਉਹੀ ਬੋਲਦਾ ਜਿਹਦੇ ਪਿੱਛੇ ਕੁਛ ਸੱਚ ਹੋਵੇ। ਇਹਨਾਂ ਨੇ ਕਾਫੀ ਫਾਇਦੇ ਲੋਕਾਂ ਨੂੰ ਦਿੱਤੇ ਆ, ਨਵਾਂ ਕੰਮ ਕਰਨ ਵਾਲੇ ਤੁਸੀਂ ਇੱਥੇ ਆਓ, ਸਿਰਫ 31,000 ਰੁਪਈਆ ਲੈ ਕੇ ਆਉਣਾ। ਸੋਫਾ ਕੰਮ ਬੈੱਡ ਦੀ ਤੁਸੀਂ ਗੱਲ ਕੀਤੀ ਸੀ ਵੀ ਜਿਹੜੇ ਤੁਸੀਂ ਆਪ ਬਣਾਉਂਦੇ ਹੋ, ਆਪ ਹੀ ਤੁਸੀਂ ਕੱਪੜਾ ਲਾਉਂਦੇ ਹੋ ਅਤੇ ਬਾਜ਼ਾਰ 'ਚ ਤੁਸੀਂ ਇਹ ਸਾਰਾ ਨਾਲੋਂ ਵਧੀਆ ਦੇ ਸਕਦੇ ਹੋ, ਕਿੰਨਾ ਇਹ ਲੋਕਾਂ ਨੇ ਇੱਥੇ ਆ ਕੇ ਇਹਦੀ ਪਰਚੇਜ਼ਿੰਗ ਕੀਤੀ? ਵੀਰ ਜੀ ਕਈ ਕਸਟਮਰ ਸਾਨੂੰ ਫੋਨ ਕਰਦੇ ਸੀ ਕਿ ਤੁਸੀਂ 3,500 ਰੁਪਈਆ ਦਾ ਸੋਫਾ ਕੰਮ ਬੈੱਡ ਦੇ ਰਹੇ ਹੋ, ਸਾਨੂੰ ਤਾਂ 2,000 'ਚ ਮਿਲਦਾ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਤੁਸੀਂ ਇੱਕ ਵਾਰ ਮੇਰੇ ਕੋਲ ਦੁਕਾਨ 'ਤੇ ਆਓ, ਇੱਕ ਵਾਰ ਸਿਰਫ। ਹੁਣ ਸਾਡੇ ਸੋਫਾ ਕੰਮ ਬੈੱਡ 'ਚ ਕੀ ਹੁੰਦਾ, ਸਾਡਾ ਸੋਫਿਆਂ ਦਾ ਵੀਰ ਜੀ ਕੱਪੜਾ, ਸੋਫੇ ਇੱਕ ਸੋਫੇ ਨੂੰ ਕੱਪੜਾ ਲੱਗਦਾ 12 ਤੋਂ 15 ਮੀਟਰ, ਸੋਫਾ ਕੰਮ ਬੈੱਡ ਨੂੰ ਕੱਪੜਾ ਲੱਗਦਾ 5 ਮੀਟਰ। ਜਦੋਂ ਐਂਡ ਦੇ ਵਿੱਚ ਸਾਡਾ ਪੀਸ ਬਚ ਜਾਂਦਾ, ਇਹ ਪੀਸ ਕਈ ਦੁਕਾਨਦਾਰ ਲਾਟ ਦੇ ਤੌਰ ਦੇ ਵਿੱਚ ਚੱਕਵਾ ਦਿੰਦੇ ਆ, ਉਹਦਾ ਮੁੱਲ ਕੀ ਪੈਂਦਾ, 40 ਰੁਪਈਏ ਮੀਟਰ ਜਾਂ 50 ਰੁਪਏ ਮੀਟਰ, ਭਾਵੇਂ ਤੁਹਾਡਾ ਸਾਡਾ ਕੱਪੜਾ 500 ਰੁਪਏ ਮੀਟਰ ਖਰੀਦ ਹੋਵੇ, ਪਰ ਲਾਟ ਦੇ ਵਿੱਚ 50 ਰੁਪਏ ਖਰੀਦਿਆ ਜਾਂਦਾ। ਅਸੀਂ ਇਹੀ ਕੱਪੜਾ ਲਾਟ ਦੇਣ ਦੀ ਬਜਾਏ ਕਸਟਮਰ ਨੂੰ ਫਾਇਦਾ ਦਿੰਦੇ ਹਾਂ, ਦੇਖੋ ਕਿੰਨਾ ਮੋਟਾ ਕੱਪੜਾ ਚੜਿਆ ਪਿਆ। ਇਹ ਸੋਫਾ ਕੰਮ ਬੈੱਡ ਅਸੀਂ 4,000-3,500 ਨੂੰ ਦਿੰਦੇ ਹਾਂ, ਜਿੱਦਾਂ ਦੀ ਇਹਦੀ ਡੈਂਸੀ ਹੋਏਗੀ ਅੰਦਰ ਫੋਮ ਦੀ। ਜੇ ਤੁਸੀਂ ਇਹ ਆਪਣਾ ਬਣਵਾਉਣਾ, ਆਪਣਾ ਇਹ ਕੱਪੜਾ ਲੈ ਕੇ, ਇਸ 'ਤੇ ਹੁਣ ਕੱਪੜਾ ਜਿਹੜਾ ਚੜਿਆ ਪਿਆ 600 ਰੁਪਈਆ ਮੀਟਰ ਦਾ ਚੜਿਆ ਪਿਆ, 3,000 ਦਾ ਵੀਰ ਜੀ ਇਹ ਖਾਲੀ ਕੱਪੜਾ ਕੱਪੜਾ ਹੈ, ਅਸੀਂ 3,500 ਰੁਪਏ ਦਾ ਸੋਫਾ ਕੰਮ ਬੈੱਡ ਦੇ ਰਹੇ ਹਾਂ। ਤੁਸੀਂ ਆਓ, ਪਹਿਲਾਂ ਚੀਜ਼ ਨੂੰ ਚੈੱਕ ਕਰੋ, ਕਿਉਂਕਿ ਕੁਆਲਿਟੀ ਆਪਾਂ ਚੈੱਕ ਨਹੀਂ ਕਰਦੇ, ਆਪਾਂ ਕਹਿ ਦਿੰਦੇ ਹਾਂ ਕਿ ਉਨੇ ਦਾ ਮਿਲ ਰਿਹਾ, ਉਸ 'ਤੇ ਕੀ ਹੁੰਦਾ ਵੀਰ ਜੀ ਪਤਲਾ ਕੱਪੜਾ ਪਰਦਿਆਂ ਵਾਲਾ ਚੜਿਆ ਹੁੰਦਾ, ਸਾਡਾ ਜਿਹੜਾ ਕੱਪੜਾ ਚੜਿਆ ਹੁੰਦਾ ਸੋਫੇ ਵਾਲਾ ਚੜਿਆ ਹੁੰਦਾ, ਮੋਟਾ ਕੱਪੜਾ ਚੜਿਆ ਹੁੰਦਾ। ਕੁਆਲਿਟੀ ਚੈੱਕ ਕਰੋ,
हर चीज़ दे विच डेंसिटी हुंदी है। मैं पिछली वीडियो से भी यह गल दसी सी, एक मोबाइल लैने 10,000 का 32 GB, वही मोबाइल 512 GB का 1,00,000 रुपये का होंगे, ये भी उ फर्क है। जे फोम अंदर 18 डेंसिटी पाई पी है गद्दे तो वही गद्दा 1,000 रुपया का, वही कंपनी का गद्दे से 100 डेंसिटी फोम है वही गद्दा 10,000 का, जिदा की क्वालिटी उदा की चीज़ हो। तो बाकी बहुत सारे भेद होंगे कमां कारां तुम दस दिता भी कपड़े की गल है, जेडे थोड़े लख लख रुपए वाले सोफे बनते हैं उन्होंने कपड़े चढ़ते उ कपड़े सोफा कम बेड से चढ़ के देंगे, तो मोटाई भी यदि काफ़ी होंगी है। तो रेट जो तुम जाणूंगे तो 6,000, 6,500, 7,000 पर 4,000 to 4,500 भी तुम दिता जाता। कोई भी चीज़ तुम लै जाओ इतने आ गए, कारपेट लै जाओ, पर्दे लै जाओ, अपने सोफा कम बेड लै जाओ, तो गद्दे इन सू बहुत व्डे फायदे होने हैं। सो बाकी तुसी बहुत बड़े फायदे ले सकते हो क्योंकि ये पटियाला दे अनारदाना चौंक दे विच TG फर्नीचर का बहुत बड़ा शोरूम आ। वैसे तुसी पटियाले जदों भी पता कर लूंगे तो थानू लोगों ने आप छड़ जाना इत्थे आए क्योंकि एड्डी बनी बनाई है, पर फिर भी जेकर ना पता लगे स्क्रीन ते नंबर आए आ तुसी इन्हां ते फोन कर सकते हो। वीडियो खत्म करन तो पहले एक मेरे मन च सवाल होर आ रहा, भाजी एक मैनू होर जवाब दिओ, ये तुसी साडे बार बार आपां गल करदे आ बई जिन्ने साडे पंजाब दे नौजवान वीर आ उहनूं सपोर्ट करदे आ, नौजवान तो चलो जज्बा दिखाते हैं, साड़ियाँ भैणा भी पिछे नहीं है, जेकर लेडीज़ काम शुरू करनिया चाहुंदियां सरकारां दे आसा नहीं है, पढ़िया लिखिया है कि TG फर्नीचर पंजाब दियां भैणा दे पिछे खड़ा कोई सपोर्ट करता उन्हां दी? वीर जी मेरे को मेरिया बड़िया भैणा ते मावां ये काम कर रही ने किस्तां ते, सा असी एक स्पैशल कहने कि जिहड़ियां मेरिया भैणा जां मेरिया मावां ये काम करना चाहुंदियां ये काम बहुत वधिया है, असी तुहानू 31,000 रुपए च कह रहे हैं 31,000 लैओ तुहानू काम शुरू करा देंगे। भैणा लई ते मावां लई असी उन्हां नू 21,000 च काम शुरू करा के देवांगे, वो ऑर्डर लैन मार रखण जिथे डिलीवरी कहणगे असी डिलीवरी भी करवा के देवांगे, जिन्ना हो सकेगा उन्हां दा साथ देवांगे। साडे कोल इक स्पैशल हुण मैं तुहानू नवे साल च इक स्कीम देण जा रहा कि तुसी साडे कोल प्राइवेट फाइनैंस ते चीज़ लै सकदे हो, जिवें इक गद्दा है कोई गद्दा 10,000 रुपया दा है, लोग की करते हैं जी 10,000 का गद्दे 15,000 करके तुम फाइनैंस देंगे, 3,000 एडवांस ले लिया, उससे 2.5% ब्याज ला के पैसे लेंदे है, फाइल चार्ज लाते हैं, तुम साढ़े को गद्दा लो किस्तां जाके, कोई फाइल चार्ज नहीं, कोई ब्याज नहीं, जिन्ने का गद्दा होएगा उन्ने दियां किस्तां बना के असी जमा करांगे। सो यह बड़ियां कंपनियां भी नहीं कहिंदियां, यह तो सरकार की स्कीम भी है नहीं, पर बाई जी हुणां दे अज पता नहीं की मन दे विच आया आ, दिल दरिया जिदा छप्पड़ फाड़ के स्कीमां दे रहे हैगे आ, किश्तों से भी समान लै जाओ तुम जिन्ना लैके जाना बिना ब्याज बिना फाइल चार्ज, तुम इतने आके बहुत सारे फायदे ले सकते हैं, जिन्हें सुपने से वो साकार हो सकते हैं। तुम दरिया तलाइया चटाइया से सोना छड़ दो, घर गद्दे लिया के रखो तो नींद भी तुम्हें बड़ी वधिया आएगी, तो सोफा कम बैड तो जिहड़ियां पंजाब दियां लेडीज़ हैगियां उन्होंने भी इन्होंने स्कीम दे दी है, सिर्फ 21,000 च तुसी काम शुरू कर सकते हैं। वीडियो काफ़ी लंबी हो गई है, सिर्फ 2 मिनट की गल होर पर जी कारपेट बारे नहीं तुसी दस्या वो दस दौ लास्ट के बच्चे, उस तो बाद फिर आपां वीडियो की भी समाप्ति करते हैं। आ देखो वीर जी अजकल एक कारपेट बहुत चल रहा है, ये 5D कारपेट है, अजे कारपेट पटियाले किसी कोल भी नहीं आया 5D कारपेट। आ देखो इधे साडे कोल हर साइज हर तरह की आइटम 3D लो 5D लो हाजिर है, ये मार्केट चले जाओ यही कारपेट नीचे चंडीगढ़ जाओ 20,000 रुपया का पीस मिलता है 3x5 का, साढ़े को जदों मर्जी आओ तुम सांझ टीवी का स्क्रीनशॉट लैके आओ, असी यह तुम्हें कारपेट 3,000 रुपया देवे। ताडे कोल गद्दियां दे नाल नाल इहदी भी स्कीम है, जे कोई पुराना कारपेट पिया है तुम वह कटवाना चाहते हो 1,000 रुपया चाहा पुराना कारपेट भी कटांगे, कारपेट 1,000 रुपए च कटाओ तो नवा लै जाओ। दूजी गल असी गद्दियां दी जिहड़ी स्कीम दित्ती सी उहदे विच असी तलाइयां कट रहे सी, पुराने गद्दे कट रहे सी, असी हुण नाल इहदे अटैच कर रहे हैं कंबल खेसी जिहड़ी हुंदी है दरी टाइप, वह भी लैओ 2,000 च, वह भी साडे तों कटा के गद्दा लै जाओ जी। भाजी किद्दां इह सारा कुछ करी जांदे तुसीं, अज इह जो कह रहे हो तुसीं कंबल का नवा 1,000 रुपए का 2,000 कह रहे हो, खेसी की गल कर रहे हो, सारा कुछ दे दूंगे कितने इदा ना हो जाए भी गल्ला। मैं खुला चैलेंज कर रहे हैं, जे असी नहीं देवे तुम अपना नंबर नाल पाना, जे नहीं देवे वो तुम्हें ले आके साड़ी वीडियो बना के फेसबुक पर पा देना, जो गल असी कहती कंबल लैओ दरी लैओ तलाई लैओ रजाई लैओ 2,000 रुपया कट्टांगे
जेड़ा बंदा दिल्ली किसानां नूं समर्थन देगा उन्हां दा असीं 2500 रुपया च कट्टांगे जी। सो बहुत वड्डियां गल्लां हो गईयां, कम हो गया तत्ता। हुण गल हैगी इदां, जिहड़े घर च खेसी वी हैगी आ, तुहाडे घर च कंबल हैगा आ, तुहाडे घर च तलाई हैगी आ, उह वी चक लिओ। 2500 रुपए दे विच कट्टण दा इन्हां ने ऐलान कर दित्ता। जिहड़ा मर्जी नवा गद्दा लै जाओ, इहो जिहियां स्कीमां मैनू नहीं लगता कितने मिलनियां। दूरबीन ला के भावें गूगल से सर्च कर लियो तां वी नहीं मिलनियां। दूजी गल आ कारपेट की भी रह गई। तुसी मैं एक गल होर कहांगा, जो तुसी किसे रोड ते जांदे हो हाईवे ते, तां उत्थे भी इह जिहड़े कि टेंट लगा लगा के बेचदे आ, ਇਹ ਜਿਹੜਾ 3000 ਦੇ ਇਹਨਾਂ ਨੇ ਕਿਹਾ, ਉਹ ਵੀ 8,85,00 ਦਾ ਦਿੰਦੇ। ਆਪਣੇ ਮਨਾਂ 'ਚ ਹੁੰਦਾ ਵੀ ਤੋਂ ਰੋਡ ਤੋਂ ਲੈ ਲਓ, ਪਰ ਇਹਨਾਂ ਨੇ ਇਹੋ ਜਿਹੀਆਂ ਸਕੀਮਾਂ ਇੱਥੇ ਲਾਈਆਂ। ਵੀਰ ਜੀ ਆਹ ਦੇਖੋ, ਆਹ ਕਾਰਪੇਟ ਬ੍ਰੈਂਡਡ ਹੈ, ਜਿਹੜੀਆਂ ਆਪਾਂ ਉਹ ਰੇਹੜੀ ਦੇ ਵੇਚਣ ਆ ਜਾਂਦੇ ਆ, ਉਹ ਸਾਡੇ ਕੋਲ ਵੀ ਨਹੀਂ ਵੇਚਦੇ ਅਸੀਂ। ਉਹ 1000 ਤੁਸੀਂ ਦੇਖਣਾ ਕਦੀ ਵੀ, ਉਹ ਮੂੰਹੋਂ ਬੋਲਣਗੇ 8000 ਰੁਪਈਆ, ਜਾਂਦੇ ਜਾਂਦੇ 1000 ਰੁਪਈਆ 'ਚ ਆ ਜਾਂਦੇ ਨੇ। ਉਹ ਇੱਕ ਲੋਕਲ ਮੇਡ ਖੱਡੀ ਦਾ ਕਾਰਪੇਟ ਹੁੰਦਾ, ਇਹ ਬ੍ਰੈਂਡਡ ਕਾਰਪੇਟ ਨੇ। ਇਹਨੂੰ ਚੱਕ ਕੇ ਦੇਖੋ, 10-10 ਕਿਲੋ ਦਾ ਵਜ਼ਨ ਹੈ। ਵੀਰ ਜੀ ਇੱਕ ਗੱਲ ਹੋਰ, ਜਿਹੜਾ ਇਹ ਵੀਡੀਓ ਮੇਰੀ ਸਾਨ ਟੀਵੀ ਦੀ ਦੇਖ ਰਿਹਾ, ਉਹਨੂੰ ਦੱਬ ਕੇ ਸ਼ੇਅਰ ਕਰ ਦਿਓ। ਦੱਬ ਕੇ ਜਿਹੜਾ ਬੰਦਾ ਸ਼ੇਅਰ ਕਰੂਗਾ ਉਹਨੂੰ ਵੀ ਅਸੀਂ 2500 'ਚ ਹੀ ਕੱਟਾਂਗੇ। ਉਹਦਾ ਵੀ ਕਿਸਾਨਾਂ ਦੇ ਨਾਲ ਨਾਲ ਜਿਹੜਾ ਬੰਦਾ ਸ਼ੇਅਰ ਕਰਕੇ ਸਕਰੀਨਸ਼ੋਟ ਸਾਨੂੰ ਦੇਵੇਗਾ ਉਹਨੂੰ ਵੀ 2500 'ਚ ਹੀ ਕੱਟਾਂਗੇ ਵੀਰ ਜੀ। ਉਹਦਾ ਵੀ ਅਸੀਂ, ਸੋ ਤੁਸੀਂ ਸਕਰੀਨਸ਼ੋਟ ਲੈ ਕੇ ਆਉਣਾ, ਸਾਨ ਟੀਵੀ ਦਾ ਸਕਰੀਨਸ਼ੋਟ ਲਿਆਓ, ਸ਼ੇਅਰ ਕਰਕੇ ਸਕਰੀਨਸ਼ੋਟ ਲਿਆਓ, ਕਿਸਾਨਾਂ ਦੇ ਨਾਲ ਅੰਦੋਲਨ 'ਚ ਜਾ ਕੇ ਬੈਠ ਜਾਓ, ਉੱਥੋਂ ਸਕਰੀਨਸ਼ੋਟ ਲਿਆਓ, ਕਿਸੇ ਵੀ ਤਰ੍ਹਾਂ ਲਿਆਓ। ਤੁਹਾਨੂੰ ਸਕੀਮ ਇਹਨਾਂ ਵੱਲੋਂ ਦੇ ਦਿੱਤੀ ਜਾਣੀ ਆ। ਹੁਣ ਟਾਈਮ ਨਾ ਗਵਾਇਓ, ਜਲਦੀ ਜਲਦੀ ਐਡਰੈਸ ਤੁਹਾਨੂੰ ਦੇ ਦਿੱਤਾ ਸਾਡੀ ਸਕਰੀਨ 'ਤੇ ਆ ਰਿਹਾ, ਟੈਲੀਫੋਨ ਨੰਬਰ ਤੁਹਾਨੂੰ ਦੇ ਦਿੱਤਾ ਸਾਡੀ ਸਕਰੀਨ 'ਤੇ ਆ ਰਹੇ ਆ। ਜਿਹੜੀ ਚੀਜ਼ ਦੀ ਲੋੜ ਆ, ਚੁੱਪ ਕਰਕੇ ਗੱਡੀ, ਸਕੂਟਰ, ਮੋਟਰਸਾਈਕਲ, ਭਾਵੇਂ ਬੱਸੇ ਆ ਜਾਓ, ਇੱਥੇ ਆ ਕੇ ਤੁਸੀਂ ਲੈ ਕੇ ਜਾ ਸਕਦੇ ਆ। ਇਹ ਸਕੀਮਾਂ ਦਾ ਫਾਇਦਾ ਲੈ ਲਓ। ਅੱਧਾ ਪੰਜਾਬ ਇੱਥੋਂ ਸ਼ੋਪਿੰਗ ਕਰ ਚੁੱਕਾ ਆ, ਜਿਹੜੇ ਲੋਕ ਬਿਜ਼ੀ ਸੀ ਰਹਿ ਗਏ ਉਹ ਵੀ ਇੱਥੇ ਆ ਕੇ ਲੈ ਜਾਓ। ਸੋ ਹੁਣ ਤੁਹਾਡੇ ਕੋਲ ਇਹ ਮੌਕਾ ਹੈਗਾ। ਪਰ ਭਾਅ ਜੀ ਇੱਕ ਗੱਲ ਹੋਰ ਆ, ਜਦੋਂ ਬੰਦਾ ਇੱਥੇ ਸ਼ੋਪਿੰਗ ਕਰਨ ਆਉਂਦਾ, ਉਹਦੇ ਮਨਾਂ ਵਿੱਚ ਹੁੰਦਾ ਮੈਂ ਪੁਰਾਣੇ ਗੱਦੇ ਦਾ ਇੱਥੇ ਲੈ ਕੇ ਆਵਾਂ ਕਿਵੇਂ, ਜੇ ਲੈ ਕੇ ਆਉਣਾ ਮੇਰੀ ਕਿੱਦਾਂ ਗੱਲਬਾਤ ਹੋਵੇਗੀ। ਸੋ ਜਿਹਨੇ ਪੁਰਾਣੇ ਗੱਦੇ ਦੇਣੇ ਆ ਉਹ ਲਈ ਬੜੀ ਮੁਸ਼ਕਲ ਆ। ਜਿਵੇਂ ਮੰਨ ਲਓ ਜਲੰਧਰ ਤੋਂ ਕਿਸੇ ਨੇ ਆਉਣਾ, ਕਿਸੇ ਨੇ ਆਉਣਾ ਹੈਗਾ ਲੁਧਿਆਣੇ ਤੋਂ, ਕਿਸੇ ਨੇ ਕਿਤੇ, ਉਹ ਪੁਰਾਣੇ ਗੱਦੇ ਲੈ ਕੇ ਆਉਣ ਦਾ ਵੀ ਖਰਚਾ ਪੈਂਦਾ, ਉਹ ਕਿੱਦਾਂ ਉਹ ਕਰਨਗੇ। ਵੀਰ ਜੀ ਅਸੀਂ ਕਸਟਮਰ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਾ। ਜੇ ਉਹ ਆਪ ਗੱਦਾ ਲੈ ਕੇ ਆਊਗਾ, ਟੈਂਪੂ ਕਰਕੇ ਲੈ ਕੇ ਆਊਗਾ, 1000-1500 ਵੈਸੇ ਉਹਦਾ ਲੱਗ ਜਾਣਾ, ਫਿਰ ਅਗਲਾ ਕਹੂੰਗਾ ਉੱਥੋਂ ਹੀ ਲੈ ਲੂੰਗਾ। ਕੋਈ ਗੱਦਾ ਨਹੀਂ ਲੈ ਕੇ ਆਉਣਾ, ਭਾਵੇਂ ਤੁਸੀਂ ਹਰਿਆਣੇ ਕੁਰਕਸ਼ੇਤਰ ਤੋਂ ਆਓ, ਭਾਵੇਂ ਕਰਨਾਲ ਤੋਂ ਆਓ, ਭਾਵੇਂ ਅੰਮ੍ਰਿਤਸਰ ਤੋਂ ਆਓ, ਤੁਸੀਂ ਆਪ ਆਓ, ਗੱਦਾ ਪਸੰਦ ਕਰੋ। ਕਿਉਂਕਿ ਸਾਡਾ ਵੀਰ ਜੀ ਪੂਰੇ ਪੰਜਾਬ ਹਰਿਆਣੇ 'ਚ ਹਰ ਦੂਜੇ ਦਿਨ ਅੰਮ੍ਰਿਤਸਰ ਗੱਡੀ ਜਾਂਦੀ ਹੈ, ਹਰ ਦੂਜੇ ਦਿਨ ਕਰਨਾਲ ਕੁਰਕਸ਼ੇਤਰ ਜਾਂਦੀ ਹੈ। ਅਸੀਂ ਤੁਹਾਡੇ ਘਰੇ ਗੱਦਾ ਭੇਜਾਂਗੇ ਨਵਾਂ, ਉਰੋਂ ਪੁਰਾਣਾ ਉਹ ਗੱਦਾ ਤੁਹਾਡਾ ਨਵਾਂ ਬੈੱਡ 'ਤੇ ਡਾ ਕੇ ਪੁਰਾਣਾ ਗੱਦਾ ਅਸੀਂ ਆਪ ਚੱਕ ਕੇ ਲੈ ਕੇ ਆਵਾਂਗੇ। ਉਹਦਾ ਕੋਈ ਚੱਕਣ ਦਾ, ਪੁਰਾਣਾ ਗੱਦੇ ਦਾ ਕੋਈ ਕਿਰਾਇਆ ਨਹੀਂ ਹੈ। ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ, ਸਭ ਕੰਮ, ਸਭ ਹਰ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ। ਸੋ ਬਾਕੀ ਕਹਿਣ ਤੋਂ ਭਾਵ ਇਹ ਆ, ਤੁਸੀਂ ਆ ਕੇ ਲੈ ਜਾਓ, ਨਵੇਂ ਗੱਦੇ ਤੁਹਾਡੇ ਬੈੱਡ 'ਤੇ ਵਿਛਾ ਕੇ ਆਊਗੇ, ਤਾਂ ਪੁਰਾਣੇ ਨਹੀਂ ਆਪ ਹੀ ਚੱਕ ਲਿਆਉਣੇ ਆ। ਇਹ ਵੀ ਟੈਂਟਾ ਮੁੱਕਾ ਟੈਨਸ਼ਨ ਹੀ ਕਿਸੇ ਗੱਲ ਦੀ ਨਹੀਂ, ਮਨ ਵਿੱਚ ਇਹ ਨਾ ਹੋਵੇ ਵੀ ਕਿੱਦਾਂ ਲੈ ਕੇ ਜਾਈਏ। ਸਾਰੀਆਂ ਗੱਲਾਂ 100 ਨਾਲ ਦੀ ਇੱਕ ਹੈਗੀ ਆ, ਸਾਰਾ ਕੁਛ ਇੱਥੋਂ ਤੁਹਾਨੂੰ ਮਿਲ ਜਾਣਾ, ਆ ਕੇ ਤੁਸੀਂ ਲੈ ਜਾਓ। ਕੈਮਰਾਮੈਨ ਪਵਨ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਪਟਿਆਲਾ।